पर भावना नाल राजनीति नहीं होंदी। मैं कहा जे मैं भावुक ना होवां और इन्हां लोकां दे ना दुख दर्द सुन सकां तां मैनूं इह जी राजनीति करनी भी नहीं। जे मैं राजनीति करूंगा तां भावना नाल ही करूंगा। इन्हां दा दर्द जे मैनूं मेरा दर्द नहीं लग्या तां मैं ऐसी ऐसी राजनीति नूं अज लत मार दूंगा। मैं नहीं करनी इह जी राजनीति। मैंने इन्हां नाल वादा कीता कि जी सरकार अपनी है, कांग्रेस की सरकार है। मैं हमेशा कहना है, अज भी इस मंच तो कहना कि सिंबल नूं याद रखो। ये सिंबल है ना जिहड़ा, ये कांग्रेस पार्टी का सिंबल है, जिहड़ा आम लोगों की गरीबा की पार्टी है, जिहड़ी साडे सुनवाई करती है। चेहरा कोई भी होवे सिंबल दे अगे नाम भुल जाओ, एक्स वाई जैड विजेंद्र दा आवे तां भी ठीक, ना आवे तां भी ठीक। अज तां मैं भी कोई विधायक नहीं, एमएलए नहीं, कुछ भी नहीं गा, पर मैं कांग्रेस पार्टी की सरकार है तो किवें ना किवें जोड़ तोड़ करके तुहाडे काम कराउण च सक्षम है। आपां सारे सक्षम हो जाएंगे, विधायक कोई भी हो। ਤੁਸੀਂ ਇੱਕ ਸਿੰਬਲ ਯਾਦ ਰੱਖੋ ਕਿ ਐਤਕੀ ਅਸੀਂ ਸਿੰਬਲ ਨੂੰ ਜਿਤਾਉਣਾ ਹੈ। ਤਾਂ ਮੈਂ ਉਹਨਾਂ ਨੂੰ ਉਹਦੇ ਵਾਅਦਾ ਕੀਤਾ ਜੀ, ਸਰਕਾਰ ਆਪਣੀ ਹੈਗੀ, ਕਿਉਂਕਿ ਸ਼ਾਇਦ ਡੇਢ ਕੁ ਮਹੀਨੇ ਦੀ ਗੱਲ ਹੈਗੀ ਕਿ ਵੀ ਪ੍ਰੋਸੈਸ 'ਚ ਵੀ ਟਾਈਮ ਲੱਗਦੇ। ਮੈਂ ਕਿਹਾ ਮੈਂ ਢੋਲਕ ਰੋਣਾ ਸੀ ਰਮੀ ਭਾਅ ਜੀ ਉਹਦੀ ਵੀ, ਅਤੇ ਕਾਫੀ ਲੋਕਾਂ ਨੇ ਮੈਨੂੰ ਆਖਿਆ ਵੀ ਸੀ ਕਿ ਯਾਰ ਸਾਡੇ ਢੋਲਕ ਆਇਓ, ਪਰ ਮੈਂ ਉਹਦੇ ਇਹਨਾਂ ਨੂੰ ਰਮੀ ਭਾਅ ਜੀ ਨੂੰ ਵੀ ਮੈਂ ਆਖਿਆ ਸੀਗਾ, ਇਹਨਾਂ ਨੇ ਇੱਕ ਦੋ ਵਾਰੀ ਪ੍ਰੋਗਰਾਮ ਰੱਖਣ ਦੀ ਵੀ ਕੋਸ਼ਿਸ਼ ਕੀਤੀ। ਮੈਂ ਕਿਹਾ ਉਹਦੇ ਮੈਂ ਰਾਤ ਨੂੰ ਇਹਨਾਂ ਨਾਲ ਵਾਅਦਾ ਕੀਤਾ, ਮੈਂ ਕਿਹਾ ਢੋਲਕ ਪ੍ਰੋਗਰਾਮ ਉੱਦਾਂ ਹੀ ਰੱਖੂੰਗਾ ਜਿੱਦੇ ਆਹ ਤੁਹਾਡਾ ਸਕੂਲ ਵਾਲਾ ਜੇ ਮੈਂ ਕਰਵਾ ਸਕਦਾ। ਮੈਂ ਕਦਮ ਉਹ ਵਾਅਦੇ 'ਤੇ ਸੀਗਾ, ਬਹੁਤ ਤਿੰਨ ਕੋਸ਼ਿਸ਼ ਹੋਈਆਂ, ਦੋ ਤਿੰਨ ਵਾਰੀ ਮੈਨੂੰ ਆਏ ਵੀ। ਔਰ ਤੁਹਾਨੂੰ ਇੱਕ ਗੱਲ ਹੋਰ ਖੁਸ਼ੀ ਦੱਸਾਂ, ਜਿਹੜਾ ਆਪਣਾ ਸਕੂਲ ਹੋਇਆ ਸਿੱਧਾ ਪ੍ਰਾਥਮਿਕ ਸ਼ਿਕਸ਼ਾ ਤੋਂ ਉੱਚ ਮਾਧਿਅਮਿਕ ਬਣਿਆ, ਅੱਠਵੀਂ ਤੋਂ ਸਿੱਧਾ ਬਾਰ੍ਹਵੀਂ ਤੱਕ ਦਾ ਬਣ ਗਿਆ। ਔਰ ਇਹ ਵੱਡੀ ਖੁਸ਼ੀ ਦੀ ਗੱਲ ਹੈ ਕਿ ਔਰ ਜ਼ਿਲ੍ਹੇ 'ਚ ਸ਼ਾਇਦ ਇੱਕ ਹੀ ਸਕੂਲ ਦਾ ਨਾਮ ਆਇਆ ਹੈ ਢੋਲ ਨਗਰ ਦਾ ਲਿਸਟ ਦੇ ਵਿੱਚ, ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਹੀ। ਔਰ ਜਦੋਂ ਇਹਨਾਂ ਦੀ ਮੈਂ ਮੰਗ ਸੁਣੀ, ਔਰ ਮੈਂ ਇੰਨਾ ਵਾਅਦਾ ਕਰਦਾ ਕਿ ਜੇ ਇੰਨਾ ਜਜ਼ਬਾ ਤੁਹਾਡੇ 'ਚ ਹੈਗਾ ਸ਼ਿਕਸ਼ਾ ਨੂੰ ਲੈ ਕੇ, ਤਾਂ ਮੈਂ ਤੁਹਾਡੇ ਨਾਲ ਦਿਲ ਤੋਂ ਖੜਾ। ਤੁਸੀਂ ਵੀਰ ਨੇ ਪੜ੍ਹਿਆ ਲਿਖਿਆ ਹੈ, ਤੁਹਾਡੇ ਵਿੱਚੋਂ ਹੈ, ਤੁਹਾਡੇ ਸਮਾਜ 'ਚੋਂ ਵੀ ਹੈ, ਆਪਣੇ ਸਾਰਿਆਂ ਦਾ ਭਰਾ ਹੈ। ਸਿੱਖਿਆ ਹੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜਾ ਸਾਡਾ ਜੀਵਨ ਬਦਲ ਸਕਦੀ ਹੈ। ਪੈਸਿਆਂ ਨਾਲ ਲੋੜ ਦੀ ਕਿਤੇ ਵੀ ਜਾਣ ਦੀ ਲੋੜ ਨਹੀਂ, ਇੱਥੇ ਤੁਹਾਡੇ ਪੈਸੇ ਦੀ ਵੋਟ ਪਾਉਣਾ ਇਹਨਾਂ ਦੀ ਭਵਿੱਖ ਦੀ, ਕਿਸੇ ਦੀ ਮੁੱਛ ਵਾਸਤੇ ਵੋਟ ਨਹੀਂ ਪਾਉਣਾ, ਅਸੀਂ ਇਹਨਾਂ ਦੀਆਂ ਵਾਸਤੇ, ਇਹਨਾਂ ਦੇ ਭਵਿੱਖ ਵਾਸਤੇ ਵੋਟ ਪਾਉਣੇ ਆ। ਇਹ ਟੀਚ ਤੁਸੀਂ ਹਮੇਸ਼ਾ ਧਿਆਨ ਰੱਖਿਓ, ਔਰ ਮਿਲ ਕੇ ਅਸੀਂ ਅੱਗੇ ਵਧਾਂਗੇ। ਔਰ ਬੜੀ ਖੁਸ਼ੀ ਦੀ ਗੱਲ ਹੈ, ਸਾਡੇ ਵਿੱਚ ਕੀ ਨਾਮ ਹੈ, ਖੁਸ਼ਵੀਰ ਕੌਰ, ਤੁਸੀਂ ਜਾਪਾਨ ਜਾ ਰਹੇ ਹੋ? ब्लॉक स्तर, फिर जिला स्तर और फिर स्टेट स्तर पर हुआ और नेशनल स्तर पर भी हुआ है, जिसकी वजह से पूरे राजस्थान से 6 बच्चे जापान टूर पर जा रहे हैं, उसमें से एक मैं हूँ। इनोवेशन, एडी छोटी जी बच्ची, एक वैज्ञानिक, मतलब एक कितना तगड़ा इनोवेशन किया। और जापान, क्योंकि जापान जाना छोटी गल नहीं है, और पिंड वास्ते इतनी बड़ी मान सम्मान की गल है।
तो मैं मेरे जिहड़ा सिर दर्द तुसी सम्मान दिता है तुहाडी आग्या दे अनुसार मैं मेरा सम्मान है इस बेटी नूं अज तुहाडे सारे Yeah.